ਮੇਰੇ ਕੋਲ ਪਹਿਲਾਂ 1000 ਰੁਪਈਆ ਫੀਸ ਜਮ੍ਹਾਂ ਕਰਵਾਈ ਗਈ, ਉਸ ਤੋਂ ਬਾਅਦ 3000 ਰੁਪਈਆ ਉਹਨੇ ਅੰਦਰ ਲਿਆ ਜਦੋਂ ਓਪਰੇਸ਼ਨ ਕਰਨ ਦੇ ਸੀ। ਬਾਹਰੋਂ ਡਾਕਟਰ ਮੰਗਾਇਆ ਜਾਣਾ, ਉਸਨੇ ਮੈਨੂੰ ਕੋ 18000 ਰੁਪਈਆ ਲਿਆ। ਜਦੋਂ ਅਸੀਂ ਅਲਟਰਾਸਾਊਂਡ ਕਰਾਇਆ ਉਸੇ ਡਾਕਟਰ ਕੋਲੋਂ ਕਲਾਨੋਰੋਂ, ਅਤੇ ਉਹ ਚੌਕ ਉੱਠਿਆ ਕਿ ਇਸਦਾ ਤਾਂ ਓਪਰੇਸ਼ਨ ਹੀ ਨਹੀਂ ਕੀਤਾ ਗਿਆ। ਬਟਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਤੈਨਾਤ ਇੱਕ ਡਾਕਟਰ 'ਤੇ ਰਿਸ਼ਵਤ ਲੈ ਕੇ ਓਪਰੇਸ਼ਨ ਨਾ ਕਰਨ ਦੇ ਇਲਜ਼ਾਮ ਲੱਗੇ ਨੇ। ਕਿਸਾਨ ਆਗੂ ਨੇ ਕਿਹਾ ਕਿ ਉਹਨਾਂ ਦੇ ਮੁੰਡੇ ਦਾ ਹਰਨੀਆ ਦਾ ਓਪਰੇਸ਼ਨ ਹੋਣਾ ਸੀ, ਇਸ ਡਾਕਟਰ ਦੇ ਵੱਲੋਂ ਆਪਣੇ ਇੱਕ ਨਿੱਜੀ ਕਰਿੰਦੇ ਦੇ ਜ਼ਰੀਏ 18000 ਦੀ ਰਿਸ਼ਵਤ ਲਈ ਗਈ, ਫਿਰ ਵੀ ਇਸਨੇ ਓਪਰੇਸ਼ਨ ਨਹੀਂ ਕੀਤਾ। ਇਸ ਗੱਲ ਦਾ ਖੁਲਾਸਾ ਖੁਦ ਪੀੜਤ ਪਿਤਾ ਦੇ ਵੱਲੋਂ ਕੀਤਾ ਗਿਆ। ਮਾਮਲਾ ਬਟਾਲਾ ਦੇ ਸਰਕਾਰੀ ਹਸਪਤਾਲ ਦਾ ਹੈ ਔਰ ਇਸ ਪੂਰੇ ਮਾਮਲੇ ਨੂੰ ਲੈ ਕੇ SMO ਦੇ ਵੱਲੋਂ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। 18000 ਦੀ ਰਿਸ਼ਵਤ ਲੈਣ ਦੇ ਡਾਕਟਰ 'ਤੇ ਆਰੋਪ ਲੱਗੇ ਨੇ ਔਰ ਫਿਰ ਵੀ ਉਹਨਾਂ ਦੇ ਵੱਲੋਂ ਨੌਜਵਾਨ ਦਾ ਹਰਨੀਆ ਦਾ ਓਪਰੇਸ਼ਨ ਨਹੀਂ ਕੀਤਾ ਗਿਆ। ਤਾਂ ਦੱਸਦੀ ਹੈ ਕਿ ਪੀੜਤ ਪਿਤਾ ਦੇ ਵੱਲੋਂ ਪੂਰੀ ਗੱਲਬਾਤ ਦੱਸਦੇ ਹੋਏ ਬਹੁਤ ਖੁਲਾਸੇ ਕੀਤੇ ਗਏ ਨੇ ਕਿ ਇਸ ਡਾਕਟਰ ਦੇ ਵੱਲੋਂ ਆਪਣੇ ਨਿੱਜੀ ਕਰਿੰਦੇ ਦੇ ਜ਼ਰੀਏ 18000 ਦੀ ਰਿਸ਼ਵਤ ਲਈ ਗਈ, ਫਿਰ ਵੀ ਉਹਨਾਂ ਦੇ ਮੁੰਡੇ ਦਾ ਓਪਰੇਸ਼ਨ ਨਹੀਂ ਕੀਤਾ। ਥੋੜ੍ਹੇ ਸਮੇਂ ਬਾਅਦ ਉਸਦੇ ਪੇਟ ਦੇ ਵਿੱਚ ਦਰਦ ਉੱਠਿਆ, ਜਦੋਂ ਅਲਟਰਾਸਾਊਂਡ ਕਰਾਇਆ ਉਸਦੇ ਵਿੱਚ ਪਤਾ ਲੱਗਾ ਕਿ ਇਸਦਾ ਓਪਰੇਸ਼ਨ ਹੀ ਨਹੀਂ ਹੋਇਆ, ਜਿਸ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਹਸਪੀਟਲ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਗਿਆ। ਮੇਰਾ ਨਾਮ ਪ੍ਰੀਤਮ ਸਿੰਘ ਹੈ, ਮੇਰਾ ਬੱਚਾ ਹੀ ਮਨਪ੍ਰੀਤ ਸਿੰਘ, ਜਿਹਨੂੰ ਕਿ ਹਰਨੀਆਂ ਦਾ ਹੀ ਸ਼ਿਕਾਇਤ ਸੀ। ਉਹ ਮੈਂ ਇੱਥੇ ਪਹਿਲਾਂ ਕਲਾਨੌਰ ਗਿਆ ਸੀ ਹੋਸਪਿਟਲ, ਉੱਥੋਂ ਉਹਨਾਂ ਨੇ ਮੁੜ ਕੇ ਰੈਫਰ ਕਰਕੇ ਇੱਥੇ ਗੁਰਦਾਸਪੁਰ ਭੇਜਤਾ। ਗੁਰਦਾਸਪੁਰ ਭੇਜਣ ਦੇ ਨਾਲ ਇਹਨਾਂ ਨੇ ਓਪਰੇਸ਼ਨ ਕੀਤਾ। ਓਪਰੇਸ਼ਨ ਕਰਦੇ ਸਮੇਂ ਮੇਰੇ ਕੋਲ ਪਹਿਲਾਂ 1000 ਰੁਪਈਆ ਫੀਸ ਜਮ੍ਹਾਂ ਕਰਵਾਈ ਗਈ, ਉਸ ਤੋਂ ਬਾਅਦ 3000 ਰੁਪਈਆ ਉਹਨੇ ਅੰਦਰ ਲਿਆ ਜਦੋਂ ਓਪਰੇਸ਼ਨ ਕਰਨ ਦੇ ਸੀ। ਉਸ ਤੋਂ ਬਾਅਦ ਮੁੜ ਕੇ ਬਾਅਦ ਦੇ ਵਿੱਚ ਠੀਕ, ਉਹਨਾਂ ਕਿਹਾ ਵੀ ਇਹ ਓਪਰੇਸ਼ਨ ਜ਼ਿਆਦਾ ਰਿਸਕੀ ਹੈ, ਇਸ ਕਾਰਨ ਕਰਕੇ ਇਹ ਬੱਚੇ ਦੇ ਉੱਤੇ ਬਾਹਰੋਂ ਡਾਕਟਰ ਮੰਗਾਇਆ ਜਾਣਾ। ਉਸਨੇ ਮੈਨੂੰ ਕੋ 18000 ਰੁਪਈਆ ਲਿਆ ਅਤੇ ਮੇਰੇ ਬੱਚੇ ਦਾ ਓਪਰੇਸ਼ਨ ਕਰ ਦਿੱਤਾ। ਓਪਰੇਸ਼ਨ ਹੋਣ ਤੋਂ 4 ਮਹੀਨੇ ਬਾਅਦ ਮੈਂ ਅਸੀਂ ਇੱਥੇ ਚੈੱਕ ਕਰਵਾਉਂਦੇ ਰਹੇ, ਪਰ ਉਹਨਾਂ ਨੇ ਸਾਨੂੰ ਟਣਕਾ ਦਿੰਦਾ ਰਿਹਾ। ਉਸ ਤੋਂ ਬਾਅਦ ਫਿਰ ਸਾਨੂੰ ਕਿਸੇ ਨੇ ਸਲਾਹ ਦਿੱਤੀ ਕਿ ਤੁਸੀਂ ਅਲਟਰਾਸਾਊਂਡ ਕਰਾਓ। ਜਦੋਂ ਅਸੀਂ ਅਲਟਰਾਸਾਊਂਡ ਕਰਾਇਆ ਉਸੇ ਡਾਕਟਰ ਕੋਲੋਂ ਕਲਾਨੌਰੋਂ, ਅਤੇ ਉਹ ਚੌਕ ਉੱਠਿਆ ਕਿ ਇਸਦਾ ਤਾਂ ਓਪਰੇਸ਼ਨ ਹੀ ਨਹੀਂ ਕੀਤਾ ਗਿਆ, ਕਿਉਂਕਿ ਇਹਦਾ ਤਾਂ ਓਪਰੇਸ਼ਨ ਹੀ ਨਹੀਂ ਹੋਇਆ, ਜੋ ਕੁਛ ਵੀ ਇਹਦਾ ਇਹ ਅੰਦਰੇ ਹੀ ਹੈ, ਜਿਹਦੇ ਕਾਰਨ ਕਰਕੇ ਹੁਣ ਮੇਰਾ ਬੱਚਾ ਅੰਮ੍ਰਿਤਸਰ ਆਕਾਸ਼ਦੀਪ ਹੋਸਪਿਟਲ ਦੇ ਵਿੱਚ ਦਾਖਲ ਹੈ। ਮੈਂ ਇਹ ਇਨਸਾਫ ਚਾਹੁੰਦਾ ਵਾਂ ਕਿ ਮੇਰੇ ਨਾਲ ਇਹੋ ਜਿਹਾ ਧੱਕਾ ਕਰਨ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਅਤੇ ਮੈਨੂੰ ਇਨਸਾਫ ਦਿੱਤਾ ਜਾਏ। ਪੈਸੇ ਡਾਕਟਰ ਵਿਸ਼ਾਲ ਦਾ ਕੰਪਾਊਂਡਰ, ਜੋ ਕਿ ਮੈਨੂੰ ਨਹੀਂ ਸੀ ਪਤਾ ਕਿ ਇਹ ਪ੍ਰਾਈਵੇਟ ਹੈ, ਉਹ ਬਾਅਦ 'ਚ ਪਤਾ ਚੱਲਿਆ, ਉਸ ਨੇ ਉਹਨੂੰ ਕੰਪਾਊਂਡਰ ਨੂੰ ਪੈਸੇ ਦਿੱਤੇ ਜੀ। ਹਾਂ, ਸਾਰਿਆਂ ਨਾਲ ਗੱਲ ਹੋਈ ਹੈ ਪਰ ਸਾਡੀ ਕਿਸੇ ਨੇ ਨਹੀਂ ਸੁਣੀ। ਫਿਰ ਅਸੀਂ ਇਹਨਾਂ ਵੀਰਾਂ ਕੋਲ ਗਏ ਅਤੇ ਇਹਨਾਂ ਨੇ ਸਾਨੂੰ ਇੱਥੇ ਲਿਆ ਕੇ ਸਾਡੀ ਗੱਲਬਾਤ ਤੁਹਾਡੇ ਨਾਲ ਕਰਾਈ। ਅਤੇ ਕੰਪਾਊਂਡਰ ਜੋ ਹੈ ਉਹ ਇੱਥੇ ਆਪਣਾ ਮੈਡੀਕਲ ਸਟੋਰ ਚਲਾਉਂਦਾ ਜੀ। ਹੋਸਪਿਟਲ ਬੱਬਰੀ ਵਿੱਚ ਪਹੁੰਚੇ ਹਾਂ। ਇੱਥੇ ਸਾਡੇ ਇੱਕ ਕਿਸਾਨ ਜੋ ਕਿ ਬਹੁਤ ਗਰੀਬ ਆਦਮੀ ਹੈ, ਉਹਦੇ ਬੇਟੇ ਦਾ ਇਹਦੇ ਬੇਟੇ ਦਾ ਡਾਕਟਰ ਵਿਸ਼ਾਲ ਨੇ 1 ਨਵੰਬਰ ਨੂੰ ਹਰਨੀਆਂ ਦਾ ਓਪਰੇਸ਼ਨ ਕੀਤਾ, ਜਿਹੜਾ ਕਿ ਓਪਰੇਸ਼ਨ ਥੀਏਟਰ 'ਚ ਜਾਣ ਤੋਂ ਬਾਅਦ ਡਾਕਟਰ ਵਿਸ਼ਾਲ ਦਾ ਕੰਪਾਊਂਡਰ ਸ਼ਿਵਲ ਦਾ ਰੱਖਿਆ ਹੋਇਆ, ਜਿਹਦੀ ਗੁਰਦਾਸਪੁਰ ਦੇ ਅੰਦਰ ਮੈਡੀਕਲ ਸਟੋਰ ਚਲਾਉਂਦਾ, ਔਰ ਦਿਨ ਦੇ ਟਾਈਮ ਡਾਕਟਰ ਦੇ ਬਰਾਬਰ ਬੈਠ ਕੇ ਟੇਬਲ ਦੇ ਉੱਪਰ ਮਰੀਜ਼ਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੀ ਜੇਬ 'ਚੋਂ ਰਿਸ਼ਵਤ ਲੈ ਕੇ ਡਾਕਟਰ ਦੇ ਨਾਲ ਸਾਂਝੀ ਕਰਕੇ
ਉਹ ਰਿਸ਼ਵਤ ਹਜ਼ਮ ਕੀਤੀ ਜਾਂਦੀ ਹੈ। ਡਾਕਟਰ ਔਰ ਮਰੀਜ਼ ਔਰ ਉਹ ਕੰਪਾਊਂਡਰ ਤਿੰਨੋਂ ਆਪਰੇਸ਼ਨ ਥੀਏਟਰ ਦੇ ਅੰਦਰ ਜਾਂਦੇ ਆ, ਉਹਦੇ ਤੋਂ 10 ਮਿੰਟ ਜਾਂ 15 ਮਿੰਟ ਬਾਅਦ ਕੰਪਾਊਂਡਰ ਬਾਹਰ ਆਉਂਦਾ। ਉਹ ਆ ਕੇ ਇਸ ਕਿਸਾਨ ਨੂੰ ਕਹਿੰਦਾ ਕਿ ਅੰਦਰ ਆਪਰੇਸ਼ਨ ਕਰਨ ਲਈ ਬਲੇਟ, ਪੱਟੀਆਂ ਜਾਂ ਹੋਰ ਸਮਾਨ ਦੀ ਲੋੜ ਹੈ, 3000 ਰੁਪਈਆ ਦਿਓ। ਇਹਦੇ ਕੋਲੋਂ 3000 ਰੁਪਈਆ ਲਿਆ ਜਾਂਦਾ। ਉਹਦੇ ਤੋਂ 1.5 ਘੰਟੇ ਬਾਅਦ ਉਹੀ ਕੰਪਾਊਂਡਰ ਵਾਪਸ ਆਉਂਦਾ, ਆ ਕੇ ਕਹਿੰਦਾ ਬੱਚੇ ਦਾ ਆਪਰੇਸ਼ਨ ਸੀਰੀਅਸ ਹੈ, ਡਾਕਟਰ ਦੇ ਵੱਸ ਦੀ ਗੱਲ ਨਹੀਂ ਹੈ, ਔਰ ਉਹਨੂੰ ਨਵਾਂ ਬਾਹਰੋਂ ਸਿਵਲ 'ਚੋਂ ਡਾਕਟਰ ਬੁਲਾਉਣਾ ਪਏਗਾ ਜਿਹਦੀ 60000 ਰੁਪਈਆ ਫੀਸ ਹੈ। ਔਰ ਉਹਦੇ ਤੋਂ ਬਾਅਦ ਜਦੋਂ ਇਹ ਬੰਦਾ ਰੋਣ ਡਹਿ ਪੈਂਦਾ, ਇਹਦੀ ਮਿਸਿਜ ਰੋਂਦੀ ਹੈ, ਅਤੇ ਉਹ ਕਹਿੰਦਾ ਕੋਈ ਗੱਲ ਨਹੀਂ, ਤੁਸੀਂ ਮਾਤੜੋ, ਮੈਂ ਤੁਹਾਡੀ ਮਦਦ ਕਰਨਾ, ਮੈਂ 20000 ਰੁਪਈਏ 'ਚ ਤੁਹਾਡੀ ਗੱਲ ਕਰਵਾ ਦਿੰਦਾ। ਇਹਨਾਂ ਦੇ ਅੱਗੋਂ ਫਿਰ ਰੋਣ ਤੋਂ ਬਾਅਦ 18000 ਵਿੱਚ ਗੱਲ ਮੁੱਕਦੀ ਆ, ਔਰ 18000 ਰੁਪਈਆ ਜਿੱਥੇ ਡਾਕਟਰ ਜਿਸ ਕਮਰੇ ਵਿੱਚ ਆਪਣਾ ਡਰੈਸ ਚੇਂਜ ਕਰਦੇ ਆ ਆਪਰੇਸ਼ਨ ਥੀਏਟਰ ਜਾਣ ਤੋਂ, ਆਪਰੇਟਰ ਥੀਏਟਰ ਜਾਣ ਤੋਂ ਪਹਿਲਾਂ ਉੱਥੇ ਜਾ ਕੇ 18000 ਰੁਪਇਆ ਲਿਆ ਜਾਂਦਾ। ਉਹਦੇ ਤੋਂ ਬਾਅਦ ਬੱਚੇ ਨੂੰ ਆਪਰੇਸ਼ਨ ਥੀਏਟਰ 'ਚੋਂ ਬਾਹਰ ਕੱਢਿਆ ਜਾਂਦਾ ਜੀ 45 ਮਿੰਟ ਬਾਅਦ। 10 ਦਿਨ ਰੱਖਣ ਤੋਂ ਬਾਅਦ ਬੱਚਾ ਘਰ ਚਲਾ ਜਾਂਦਾ, ਪਰ ਬੱਚੇ ਦਾ ਆਪਰੇਸ਼ਨ ਨਹੀਂ ਹੋਇਆ, ਬੱਚਾ ਉਸੇ ਤਰ੍ਹਾਂ ਬਿਮਾਰ ਰਿਹਾ। ਅੱਜ ਦੀ ਡੇਟ ਦੇ ਵਿੱਚ ਬੱਚਾ ਅੰਮ੍ਰਿਤਸਰ ਦੇ ਸਿਵਲ ਹੌਸਪੀਟਲ ਦੇ ਵਿੱਚ ਐਡਮਿਟ ਹੈ, ਜਿਹਦੀ ਮੈਂ ਤੁਹਾਨੂੰ ਫੋਟੋ ਵੀ ਦਿਖਾ ਸਕਦਾ। ਇਹ ਵੇਖੋ, ਬੱਚਾ ਬੈੱਡ ਦੇ ਉੱਪਰ ਪਿਆ ਹੋਇਆ ਹੈ ਔਰ ਉਹਦਾ ਇਲਾਜ ਚੱਲ ਰਿਹਾ ਜੀ। ਇਹ ਬੱਚਾ ਜਿਹੜਾ ਅੰਮ੍ਰਿਤਸਰ ਸਿਵਲ ਹਸਪਤਾਲ ਦੇ ਵਿੱਚ ਦਾਖਲ, ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਹੈ, ਜਿਹਦਾ ਰੋਜ਼ ਖਰਚਾ ਆ ਰਿਹਾ, ਅਤੇ ਬਾਪ ਉਹ ਖਰਚਾ ਦੇਣ 'ਤੇ ਵੀ ਕਾਬਲ ਨਹੀਂ ਹੈ, ਪਰ ਉਹ ਵਿਚਾਰਾ ਕਿੱਥੋਂ ਆਪਣੇ ਬੱਚੇ ਨੂੰ ਬਚਾਉਣ ਲਈ ਪੈਸੇ ਕਰਜ਼ੇ 'ਤੇ ਚੁੱਕ ਕੇ ਆਪਣੇ ਬੱਚੇ ਦਾ ਇਲਾਜ ਕਰਾ ਰਿਹਾ। ਇਸ ਕਰਕੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਸਰਕਾਰ, ਇੱਥੋਂ ਦੇ ਚੇਅਰਮੈਨ ਜੋ ਆਮ ਆਦਮੀ ਪਾਰਟੀ ਦੇ ਆ ਬਹਿਲ ਸਾਹਿਬ, ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਕਿ ਹਸਪਤਾਲ ਦੀ ਹਾਲਤ ਵੱਲ ਧਿਆਨ ਦਿੱਤਾ ਜਾਏ, ਮਰੀਜ਼ਾਂ ਦੀ ਜਿਹੜੀ ਲੁੱਟ ਹੋ ਰਹੀ ਹੈ ਲੁੱਟ ਨੂੰ ਬਚਾਇਆ ਜਾਏ, ਤਾਂ ਕਿ ਅੱਗੇ ਆਉਣ ਵਾਲੇ ਮਰੀਜ਼ ਵੀ ਜੋ ਹੈ ਉਹ ਬਚ ਜਾਣ। ਸਾਡਾ ਮੁੱਖ ਮੰਤਰੀ ਕਹਿੰਦਾ ਕਿ ਹਸਪਤਾਲ ਵਾਲਾ ਡਾਕਟਰ ਜਾਏਗਾ ਪ੍ਰਾਈਵੇਟ ਸਟੋਰ ਤੋਂ ਦਵਾਈ ਲਿਆ ਕੇ ਦਏਗਾ, ਪਰ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਇਹਦੇ ਕੋਲੋਂ ਜੋ 21000 ਰੁਪਇਆ ਚਲਾ ਗਿਆ ਉਹ ਕਿਸ ਡਾਕਟਰ ਦੀ ਜੇਬ ਵਿੱਚ ਗਿਆ ਔਰ ਕਿੱਥੇ ਗਿਆ? ਮੁੱਖ ਮੰਤਰੀ ਸਾਹਿਬ, ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਰੀ ਸੰਗਤ ਵੱਲੋਂ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਮੇਰੇ ਵੀਰ ਨੂੰ ਇਨਸਾਫ ਦਵਾਇਆ ਜਾਏ। ਕਿੰਨੀ ਏਜ ਹੈ ਬੱਚੇ ਦੀ ਅਤੇ ਕੀ ਕਾਰਵਾਈ ਚਾਹੁੰਦੇ ਹੋ ਡਾਕਟਰ ਦੇ ਖਿਲਾਫ਼? ਬੱਚਾ 17 ਸਾਲ ਦੀ ਏਜ ਹੈ ਜੀ। ਬੱਚਾ ਅੱਜ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ, ਉਹਦੇ ਦੋਨਾਂ ਸਾਈਡ ਹਰਨੀਆਂ ਹੋ ਗਈਆਂ ਨੇ ਔਰ ਇੰਸਪੈਕਸ਼ਨ ਇੰਨੀ ਜ਼ਿਆਦਾ ਹੋ ਗਈ ਆ ਜੋ ਮੈਂ ਤੁਹਾਨੂੰ ਦਿਖਾ ਰਿਹਾ ਕਿ ਬੈੱਡ ਦੇ ਉੱਪਰ ਬੱਚਾ ਪਿਆ, ਉਹਦੀ ਜ਼ਿੰਦਗੀ ਦਾ ਵੀ ਨਹੀਂ ਪਤਾ। ਅਸੀਂ ਕਹਿੰਦੇ ਹਾਂ ਕਿ ਇਸ ਬੱਚੇ ਦਾ ਇਲਾਜ ਵੀ ਡਾਕਟਰ ਵੱਲੋਂ ਕਰਵਾਇਆ ਜਾਏ, ਅਤੇ ਉੱਥੇ ਉਹਦੇ 'ਤੇ ਡਾਕਟਰ 'ਤੇ ਬਣਦੀ ਜੋ ਰਿਸ਼ਵਤ ਦੀ ਕਾਰਵਾਈ ਆ ਉਹ ਵੀ ਕੀਤੀ ਜਾਏ। ਪਹਿਲਾਂ ਦੀ ਸ਼ਿਕਾਇਤ ਤੋਂ ਕੋਈ ਕੰਪਲੇਂਟ ਆਈ ਸੀ ਮੈਨੂੰ ਕਿ ਡਾਕਟਰ ਵਿਸ਼ਾਲ ਨੇ ਕੋਪਰੇਸ਼ਨ ਕੀਤਾ ਅਤੇ ਕੋਈ ਉਹਦੇ ਨਾਲ ਕੋਈ ਬਾਹਰ ਦਾ ਬੰਦਾ ਕੋਈ ਕੰਪਾਊਂਡ ਲੱਗਾ ਜਿਹਨੇ ਪੈਸੇ ਲਏ ਉਹਦੇ ਕੋਲੋਂ, ਅਤੇ ਮੈਂ ਉਹਨੇ ਦੋਨਾਂ ਧਿਰਾਂ ਦੇ ਬਿਆਨ ਲਿਆ। ਬਿਆਨ ਲੈਣ ਤੋਂ ਬਾਅਦ ਮੈਂ ਇੱਕ 3-ਮੈਂਬਰੀ ਕਮੇਟੀ ਬਣਾਈ ਹੈ ਜਿਹੜੇ 'ਚ ਐਕਸਪਰਟ ਡਾਕਟਰ, ਇੱਕ ਸਰਜੀਕਲ ਸਪੈਸ਼ਲਿਸਟ, ਇੱਕ ਮੈਂ ਮੈਡੀਕਲ ਐਕਸਪਰਟ ਅਤੇ ਇੱਕ ਸਾਈਕੈਟਰੀ ਡਾਕਟਰ, ਤਿੰਨਾਂ ਕਮੇਟੀ ਬਣਾਈ ਹੈ ਜਿਹੜੇ ਦੋਨਾਂ ਧਿਰਾਂ ਨੂੰ ਬੁਲਾ ਕੇ ਉਹਦੇ ਜੋ ਬਿਆਨ ਹੈ ਉਹ ਬਿਆਨ ਲਿਆ ਕੇ ਕਰਕੇ ਉਹਦੀ ਕਮੇਟੀ ਜੋ ਰਿਪੋਰਟ ਮੈਨੂੰ ਦੇਣਗੇ। ਜੋ ਉਸ ਰਿਪੋਰਟ 'ਚ ਮੈਨੂੰ ਲੱਗਾ ਕਿਸੇ ਦਾ ਕੋਈ ਦੋਸ਼ ਹੈਗਾ ਤਾਂ ਫਿਰ ਨਿਜਮਾਂ ਤਾਂ ਸਰ ਮੈਂ ਉਚਿਤ ਕਰ ਲਿਖਦਾ, ਉਹਦੇ ਅਗੇਂਸਟ ਕਰਨ ਲਿਖਦਾ ਸਰ ਕਰ ਦਾਂਗੇ। ਪਰ ਉਹਨਾਂ ਵਿੱਚ ਇੱਕ ਲੜਕਾ ਜੋ ਬਿਆਨ ਲੈ ਰਿਹਾ ਕਿ ਲੜਕਾ ਬਾਹਰ ਦਾ ਹੈ, ਕੋਈ ਜਿਹੜਾ ਜਿਹਨੇ ਪੈਸੇ ਲਏ ਆ, ਉਹ ਡਾਕਟਰ ਉੱਪਰ ਡਾਇਰੈਕਟ ਅਪਰੋਚ ਨਹੀਂ ਲਗਾ ਰਹੇ, ਉਹ ਡਾਕਟਰ ਕੋਲ ਬਾਹਰੋਂ ਹੈ, ਉਹਨੂੰ ਸਾਨੂੰ ਬੁਲਾਉਣ ਸਿਰ ਪ੍ਰੋਬਲਮ ਆ ਰਹੀ ਥੋੜ੍ਹੀ ਜਿਹੀ ਨਾ, ਉਹ ਲੜਕਾ ਬਾਹਰ ਕੀਤਾ। ਉਹ ਕਹਿ ਰਹੇ ਕਿ ਉਹਦੇ ਥਰੂ ਡਾਕਟਰ ਸਾਹਿਬ ਨੂੰ ਪੈਸੇ ਲਏ ਆ, ਪਰ ਉਹ ਡਾਕਟਰ ਵਿਸ਼ਾਲ ਕਹਿ ਰਹੇ ਕਿ ਉਹ ਡਾਕਟਰ ਮੇਰਾ ਲੜਕਾ ਨਹੀਂ ਹੈ, ਉਹ ਲੜਕਾ ਬਾਹਰ ਤੱਕ MR ਹੈ। ਲੜਕੇ ਤੋਂ ਮੈਂ ਫੋਨ 'ਤੇ ਲੜਕੇ ਨੂੰ ਬੁਲਾਇਆ ਸੀਗਾ, ਪਰ ਉਹ ਹੈ ਕਿ ਕਹਿੰਦਾ ਮੈਂ ਹਾਸਪਿਟਲ ਕਦੀ ਕਦੀ ਆਉਂਦਾ, ਮੈਂ ਉੱਥੇ MR ਦਾ ਕੰਮ ਕਰਦਾ।
ਉਹ ਬਿਲਕੁਲ ਨਹੀਂ ਕਰ ਰਿਹਾ ਮੈਂ ਪੈਸੇ ਨਹੀਂ ਲਏ। ਆਊਟਸਾਈਡਰ ਬੰਦਾ ਹਸਪੀਟਲ ਲੋਡ ਹੈਗਾ ਵੀ ਆ ਕੇ ਉਹ ਡਾਕਟਰ ਨਾਲ ਗੱਲ ਬਿਲਕੁਲ ਲਾਊਡ ਨਹੀਂ ਹੈ, ਬਿਲਕੁਲ ਲਾਊਡ ਨਹੀਂ ਹੈ। ਫਿਰ ਉਹ ਬੰਦਾ ਕੀ ਕਰਨ ਹੁੰਦਾ ਬਾਅਦ? ਜੇ ਉਹ ਬੰਦਾ ਜੇ ਅਸੀਂ ਹੀ ਇਨਕੁਆਇਰੀ ਕਰ ਰਹੇ, ਜੇ ਉਸ ਦਾ ਕੋਈ ਪੈਕੇਜ ਹੋਇਆ ਕੁਛ ਹੀ ਹੋਇਆ ਤਾਂ ਅਸੀਂ ਉਹਦੇ ਅਗੇਂਸਟ ਕਾਰਵਾਈ ਜ਼ਰੂਰ ਕਰਾਂਗੇ, ਕਰਨ ਲਿਖ ਲਿਖਾਂ ਸਰ। ਪਰਿਵਾਰ ਕੀ ਕਹਿ ਰਿਹਾ, ਕਿੰਨੇ ਪੈਸਿਆਂ ਦਾ ਲੈਂਦਾ ਹੋਇਆ? ਪਰਿਵਾਰ ਨੇ ਲਿਖਿਆ ਸੀ 18,000 ਰੁਪਏ ਲਿਆ ਕੇ ਸਰ ਮੇਰੇ ਕੋਲੋਂ। ਇਹ ਵੈਰੀਕੋਸ ਦਾ ਆਪਰੇਸ਼ਨ ਸੀਗਾ, ਮਾਮੂਲੀ ਆਪਰੇਸ਼ਨ ਹੁੰਦਾ, ਛੋਟਾ ਆਪਰੇਸ਼ਨ ਹੁੰਦਾ ਕਾਫੀ। ਉਹ ਕਹਿ ਰਹੇ ਆਪਰੇਸ਼ਨ ਵੀ ਨਹੀਂ ਕੀਤਾ, ਪੈਸੇ ਵੀ ਲੈ ਲਏ। ਉਹ ਹੁਣ ਉਹਦੀ ਘਰ ਇਨਕੁਆਇਰੀ ਕਰ ਰਹੇ ਸਾਰੀ ਅਸੀਂ। ਪੈਸੇ ਬਣਦੇ ਨੇ ਆਪਰੇਸ਼ਨ ਦੇ ਜਾਂ? ਬਿਲਕੁਲ ਸਰਕਾਰੀ ਕੋਈ ਪੈਸਾ ਨਹੀਂ ਬਣਦਾ, ਟੋਟਲ ਫ੍ਰੀ ਹੁੰਦਾ ਚਾਹੀਦਾ।